ਪਹਿਲੇ ਇੰਡੀਆ ਨੇ ਕੁੱਟਿਆ ਸੀ ਤੇ ਹੁਣ ਸਾਨੂੰ ਸ਼੍ਰੀਲੰਕਾ ਨੇ ਵੀ ਕੁੱਟ ਛੱਡਿਆ। ਜਬ ਇਸ ਤਰ੍ਹਾਂ ਕੇ ਬੈਟਸਮੈਨ ਆਏਗੇ ਤੋ ਯੇ ਆਪਕੋ ਦਿਖਾ ਰਹੇ ਹੈ ਜਨਾਬ ਫਖਰ ਜ਼ਮਾਨ ਕਾ ਆਊਟ ਹੋਣੇ ਕਾ ਮੰਜ਼ਰ। ਔਰ ਇਸ ਤਰ੍ਹਾਂ ਕੇ ਬੰਦੇ ਜਬ ਆਊਟ ਆਫ ਫਾਰਮ ਹੋ ਜਾਂਦੇ ਹੈ ਤੋ ਫਿਰ ਅਕਸਰ ਸ਼੍ਰੀਲੰਕਾ ਜੈਸੀ ਟੀਮੇ ਜੋ ਹੈ ਵੋ ਵੀ ਮਾਰਾ ਕਰਤੀ ਹੈ। ਔਰ ਯਹੀ ਸਾਰਾ ਕੁਛ ਪਾਕਿਸਤਾਨ ਕੇ ਸਾਥ ਵੀ ਹੁਆ ਔਰ ਅਭੀ ਤੱਕ ਪਾਕਿਸਤਾਨ ਨੇ ਸਿੱਖਾ ਕੁਛ ਨਹੀਂ ਤੋ ਯੇ ਇੱਕ ਬੜੀ ਅਜੀਬ ਸੀ ਬਾਤ ਹੈ ਜਨਾਬ। ਔਰ ਪਾਕਿਸਤਾਨ ਏਸ਼ੀਆ ਕੱਪ ਸੇ ਵੀ ਬਾਹਰ ਹੋ ਗਿਆ ਹੈ ਤੋ ਨਹਾਇਤ ਹੀ ਅਫਸੋਸਨਾਕ ਖਬਰ ਜੋ ਹਮ ਆਪਕੇ ਸਾਥ ਸ਼ੇਅਰ ਕਰ ਰਹੇ ਹੈ।